ਹੈਲੋ एवरीवन वेलकम टू माय चैनल कुकिंग इन देसी स्टाइल ਹੋਰ ਕਿਵੇਂ ਸਾਰੇ ਮੇਰੇ YouTube ਫੈਮਿਲੀ ਮੈਂਬਰ ਸਾਰੇ ਠੀਕ ਠਾਕ ਹੋ ਉਮੀਦ ਕਰਦੀ ਹਾਂ ਕਿ ਠੀਕ ਹੀ ਹੋਵਗੇ ਸਾਰੇ ਜਾਨੇ ਤੇ ਮੈਂ ਤੁਹਾਡੇ ਨਾਲ ਅੱਜ ਭਿੰਡੀਆਂ ਦੀ ਸਬਜੀ ਆ ਭਰਵੀਆ ਭਿੰਡੀਆਂ ਨੇ ਇਹਦੀ ਰੈਸਪੀ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਅੱਜ ਮੈਂ ਇਹ ਵਾਲੀਆਂ ਬਣਾ ਰਹੀ ਹਾਂ ਭਿੰਡੀਆਂ ਤੇ ਪਹਿਲਾਂ ਮੈਂ ਇਹ ਭਿੰਡੀਆਂ ਨੂੰ ਚੰਗੀ ਤਰ੍ਹਾਂ ਫ੍ਰੈਸ਼ ਵਾਟਰ ਨਾਲ ਸਾਫ ਕਰ ਲਿਆ ਧੋਤਾ ਜਾਨੀ ਕਿ ਪਾਣੀ ਚ ਮਤਲਬ ਵਾਸ਼ ਕੀਤਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਜਿਵੇਂ ਪਿੰਡੀਆਂ ਫੜ ਕੇ ਜਿਹੜਾ ਟਾਵਲ ਪੇਪਰ ਹੁੰਦਾ ਤੇ ਉਹਦੇ ਨਾਲ ਮੈਂ ਚੰਗੀ ਤਰ੍ਹਾਂ ਸੁਕਾਈਆਂ ਨੇ ਯਾਨੀ ਕਿ ਡਰਾਈ ਕੀਤੀਆਂ ਚੰਗੀ ਤਰ੍ਹਾਂ ਮਤਲਬ ਸਾਫ਼ ਕਰਨਾ ਇਹਨਾਂ ਨੂੰ ਤੇ ਇਹਦੇ ਨਾਲ ਪਾਣੀ ਵਗੈਰਾ ਸਾਰਾ ਤੋਂ ਵੀ ਸਾਫ਼ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਮੈਂ ਇਹ ਦੋਨੋਂ ਸਾਈਡਾਂ ਇਹਨਾਂ ਦੀਆਂ ਅ ਕਟੀਆਂ ਨੇ ਫਰੰਟ ਵਾਲੇ ਪਾਸਿਓ ਤੇ ਬੈਕ ਵਾਲੇ ਪਾਸਿਓ ਥੋੜਾ ਥੋੜਾ ਪੀਸੇਸ ਲਾ ਦੋ ਜਿਹੜੇ ਕਿ ਇਹ ਲਾਉਣ ਵਾਲੇ ਹੁੰਦੇ ਨੇ ਤੇ ਇਹਨਾਂ ਨੂੰ ਲਾ ਕੇ ਫਿਰ ਇਹਨਾਂ ਨੂੰ ਜਿਵੇਂ ਸਾਫ਼ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਸੈਂਟਰ ਵਾਲਾ ਪਾਰਟ ਹੁੰਦਾ ਵਾ ਬਣਾਉਣਾ ਆਪਾਂ ਤੇ ਉਹਦੇ ਸੈਂਟਰ ਚੋਂ ਕੱਟ ਲਾਉਣਾ ਵਿਚਾਲੇਓ ਤੇ ਇਦਾਂ ਕਰਕੇ ਕਿ ਆਪਾਂ ਫਿਰ ਫੀਲਿੰਗ ਕਰਾਂਗੇ ਮਸਾਲੇ ਨਾਲੇ ਦੀ ਤੇ ਇਹ ਐਂ ਕੱਟ ਲਾ ਲਾ ਕੇ ਸਾਰੀਆਂ ਫਿਰ ਪਿੰਡੀਆਂ ਇਦਾਂ ਤਿਆਰ ਕਰਨੀਆਂ ਨੇ ਆਪਾਂ ਨੂੰ ਜੇ ਆਪਾਂ ਨੂੰ ਲੱਗੇ ਕਿ ਇਹ ਦਾਣੇ ਜਿਹੜੇ ਪੱਕੇ ਹੋਏ ਨੇ ਵਿੱਚ ਜਿਹੜੇ ਹੁੰਦੀ ਆ ਬੀਜ ਸੀਡ ਤੇ ਉਹਨਾਂ ਨੂੰ ਤੁਸੀਂ ਕਾਲ ਦੋ ਕੱਢ ਦੋ ਜੇ ਕਿ ਪੱਕੀ ਪਿੰਡੀ ਮਤਲਬ ਲੱਗਦੀ ਹੈ ਥੋੜੀ ਜੀ ਵੀ ਇਦਾਂ ਕਰਕੇ ਹਾਰਡ ਬੀਡ ਮਤਲਬ ਸੀਡ ਨੇ ਇਹਦੇ ਉਸ ਤੋਂ ਬਾਅਦ ਫਿਰ ਜਿਹੜੀਆਂ ਸੌਫਟ ਨੇ ਭਿੰਡੀਆਂ ਉਹ ਤਾਂ ਠੀਕ ਹੀ ਆ ਤੇ ਦੂਜੀਆਂ ਵਿੱਚੋਂ ਕੱਟ ਕੇ ਤੇ ਉਹ ਕੱਢ ਦੋ ਜਿਹੜਾ ਮਤਲਬ ਸੀਡ ਹੈਗੇ ਆ ਤੇ ਇਦਾਂ ਆਪਾਂ ਸਾਰੀਆਂ ਭਿੰਡੀਆਂ ਨੂੰ ਪਹਿਲਾਂ ਸਾਫ਼ ਕਰਕੇ ਫਿਰ ਕਟਿੰਗ ਕਰਕੇ ਦੋਨੋਂ ਪਾਸਿਓਂ ਤੇ ਫਿਰ ਸੈਂਟਰ 'ਚ ਕੱਟ ਲਾ ਕੇ ਸਾਰੀਆਂ ਇਕੱਠੀਆਂ ਕਰਕੇ ਰੱਖ ਲੈਣੀਆਂ ਨੇ ਆਪਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਜਦੋਂ ਸਾਰੀਆਂ ਭਿੰਡੀਆਂ ਨੂੰ ਆਪਾਂ ਮਤਲਬ ਸੈੱਟ ਕਰ ਲਿਆ ਤੇ ਇਹ ਫਿਰ ਤੁਸੀਂ ਵੀ ਇਹ ਸਬਜੀ ਜਿਹੜੀ ਇਹ रेसिपी ਆ ਤੇ ਤੁਸੀਂ ਵੀ ਟਰਾਈ ਕਰਿਓ ਜਿਨ੍ਹਾਂ ਨੇ ਬਣਾਈ ਆ ਉਹਨਾਂ ਲਈ ਤਾਂ ਚਲੋ ਠੀਕ ਆ ਵੀ ਆਉਂਦੀ ਵਧੀਆ ਜਿੰਨੂੰ ਨਹੀਂ ਆਉਂਦੀ ਯਾਨੀ ਕਿ ਉਹ ਹੈਲਪ ਲੈ ਕੇ ਤੁਸੀਂ ਉਹ ਟਰਾਈ ਕਰਿਓ ਵੀ ਇਹ ਵਾਲੀ ਇੱਕ ਵਾਰੀ रेसिपी ਕਿੱਦਾਂ ਬਣਦੀ ਹੈ ਤੇ ਫਿਰ ਮੈਂ ਜਿਹੜੇ ਮਸਾਲੇ ਆ ਇੱਕ ਡੱਬੀ ਸਾਰੇ ਇਕੱਠੇ ਕਰ ਲੇ ਸੀ ਇਹਦੇ ਵਿੱਚ ਮੈਂ ਨਮਕ ਲਿਆ ਯਾਨੀ ਕਿ ਲੂਣ ਤੇ ਲਾਲ ਮਿਰਚ ਤੇ ਹਲਦੀ ਤੇ ਧਨੀਆ ਪਾਊਡਰ, ਕਰੀਂਡਰ ਪਾਊਡਰ ਜਿਹੜਾ ਹੁੰਦਾ ਤੇ ਗਰਮ ਮਸਾਲਾ ਇਹ ਸਾਰੀਆਂ ਪੰਜ ਚੀਜ਼ਾਂ ਨੂੰ ਮੈਂ ਮਿਕਸ ਕੀਤਾ ਵਾਂ ਤੇ ਮਿਕਸ ਕਰਕੇ ਇੱਕ ਡੱਬੀ 'ਚ ਪਾ ਲਿਆ ਸੀ ਕਿਉਂਕਿ ਇਹਦੇ 'ਚ ਫਿਲਿੰਗ ਕਰਨੀ ਆ ਆਪਾਂ ਜਿਹੜੀਆਂ ਪਿੰਡੀਆਂ ਕਟੀਆਂ ਹੋਈਆਂ ਸੀਗੀਆਂ ਵਿਚਾਲੇ ਕੱਟ ਲਾ ਕੇ ਇਹਨਾਂ ਨੂੰ ਆਪਾਂ ਕੱਟ ਕੇ ਇਹਦੇ ਵਿੱਚ ਮਤਲਬ ਪਾ ਲਿਆ ਇਹਦੇ ਜਾਨੀ ਕਿ ਮਸਾਲਾ ਵਗੈਰਾ ਵਿੱਚ ਪਾ ਕੇ ਤੇ ਆਪਾਂ ਭਰ ਕੇ ਰੱਖ ਲਈਆਂ ਰੱਖਣਾ ਇਹਨਾਂ ਨੂੰ ਫਿਰ ਆਪਾਂ ਨੂੰ ਇਹ ਹਾਪਾ ਕਰਨਾ ਵਾ ਇਹਨੂੰ ਫਰਾਈ ਕਰਨਾ ਯਾਨੀ ਕਿ ਡੀਪ ਫਰਾਈ ਨਹੀਂ ਕਰਨਾ ਮਤਲਬ ਮਤਲਬ ਆਪਾਂ ਉਹਦੇ ਚ ਕੜਾਈ 'ਚ ਥੋੜਾ ਜਿਹਾ ਤੇਲ ਪਾ ਕੇ ਫਿਰ ਆਪਾਂ ਇਹਨੂੰ ਭੁੰਨ ਜੇ ਲਵਾਗੇ ਇਹਦੇ ਨਾਲ ਥੋੜੇ ਜਿਹਾ ਸੌਫਟ ਹੋ ਜਾਣਗੀਆਂ ਜਾਨਕਿ ਬਨ ਜਾਂਦੀਆਂ ਨੇ ਤੇ ਟੇਸਟ ਵੀ ਬਹੁਤ ਵਧੀਆ ਬਣਦਾ ਇਹਨਾਂ ਦਾ ਤੇ ਜਦੋਂ ਆਪਾਂ ਇਹਨਾਂ ਨੂੰ ਜੇ ਤਾਂ ਤੁਸੀਂ ਡੀਪ ਫਰਾਈ ਕਰਨਾ ਵਾ ਤੇ ਕੜਾਈ ਵਿੱਚ ਜਿਆਦਾ ਪਾ ਕੇ ਮਤਲਬ ਤੇਲ ਵਗੈਰਾ ਤੇ ਤੁਸੀਂ ਜਿਵੇਂ ਤਾਲ ਜੇ ਲੋ ਫਰਾਈ ਕਰ ਲਓ ਪਰ ਇਹ ਉਹ ਮਤਲਬ ਉਦੋਂ ਜਿਆਦਾ ਵਧੀਆ ਨਹੀਂ ਬਣਦੀਆਂ ਗੀਆਂ ਇਸ ਕਰਕੇ ਥੋੜਾ ਤੇਲ ਲੈ ਕੇ ਆਪਾਂ ਹਾਂ ਹਲਕੀ ਜਿਹੀ ਫਰਾਈ ਕਰਨਾ ਇਹਨਾਂ ਨੂੰ ਸੌਫਟ ਹੋ ਜੂਗਾ ਤੇ ਫਿਰ ਆਪਾਂ ਜਿਹੜੇ ਦੂਜੇ ਇਨਗਰੀਡੀਅੰਟਸ ਪਾਉਣੇ ਆ ਆਪਾਂ ਵਿੱਚ ਪਾਸ ਐਡ ਕਰ ਲਾਂਗੇ ਤੇ ਉਹਦੇ ਨਾਲ ਇਹ ਸਬਜੀ ਤਿਆਰ ਹੋ ਜਾਂਦੀ ਆ ਤੇ ਬਹੁਤ ਹੀ ਸਵਾਦ ਮੰਦੀ ਆ ਤੁਸੀਂ ਜਰੂਰ ਇੱਕ ਵਾਰੀ ਟਰਾਈ ਕਰਿਓ ਤੇ ਇਹ ਜਿਹੜੀ ਰੈਸਪੀ ਆ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਕਰ ਲਿਓ ਜਿਹਨੇ ਨਹੀਂ ਕੀਤਾ ਹੋਇਆ ਤੇ ਮੈਂ ਬਹੁਤ ਮਤਲਬ ਇਜ਼ੀ ਬਈ ਨਾ ਜਿਹੜੀਆਂ ਰੈਸਪੀਜ਼ ਹੋ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੀਆਂ ਬਣਾ ਕੇ ਤੇ ਕੜਾਈ ਲਈ ਹੈ ਕੜਾਈ ਦੇ ਵਿੱਚ ਹੁਣ ਮੈਂ ਆਪਾਂ ਆਇਲ ਪਾ ਲਿਆ ਜਿਹੜਾ ਆਇਲ ਹੈ ਤੇਲ ਹੈ ਉਹ ਸਰੋਂ ਦਾ ਸਰ੍ਹੋਂ ਦਾ ਤੇਲ ਜਿਹਨੂੰ ਕਹਿੰਦੇ ਨੇ ਤੇ ਇਹ ਰਿਫਾਈਨਡ ਵਗੈਰਾ ਵਿੱਚ ਵੀ ਬਣ ਸਕਦੀ ਹੈ ਜੇ ਤੁਸੀਂ ਰਿਫਾਈਨਡ ਸੇ ਬਣਾਉਣਾ ਤਾਂ ਰਿਫਾਈਨਡ ਵਗੈਰਾ ਤੇ ਘਿਓ ਵਗੈਰਾ ਚ ਬਣਾ ਸਕਦੇ ਹੋ ਪਰ ਜਿਹੜੇ ਇਹ ਸਰੋਂ ਦੇ ਤੇਲ ਨਾਲ ਜਿਵੇਂ ਭਿੰਡੀਆਂ ਤੇ ਆਤੂਨ ਕਰੇਲਾ ਵਗੈਰਾ ਤਾਂ ਹੁੰਦੀ ਹੈ ਸਬਜੀ ਇਹਦਾ ਬਹੁਤ ਸੁਆਹ ਆਉਂਦੀ ਹੈ ਇਹਦੇ ਚ ਸਰਸੋਂ ਦੇ ਤੇਲ ਚ ਜਿਹੜਾ ਹੁੰਦਾ ਨਾ ਬਹੁਤ ਸੁਆਵੰਦੀ ਹੈ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਤੇ ਇਹ ਗਰਮ ਆਪਾਂ ਤੇਲ ਹੋ ਗਿਆ ਤੇ ਗਰਮ ਤੇਲ ਜਦੋਂ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਵਿੱਚ ਅਜਵੈਨ ਤੇ ਜੀਰਾ ਮਤਲਬ ਪਾ ਤਾ ਇਹਦੇ ਵਿੱਚ ਤੇ ਜਿਹੜਾ ਤੇਲ ਆਪਾਂ ਗਰਮ ਕਰਨਾ 2 2 ਮਿੰਟ ਵਾਸਤੇ ਇੱਕੋ ਦਮ ਕੜਾਈ 'ਚ ਪਾ ਕੇ ਤੇ ਵਿੱਚ ਆਪਾਂ ਇਹ ਨਹੀਂ ਪਾਉਣਾ ਯਾਨੀ ਕਿ ਜੀਰਾ ਵਗੈਰਾ ਤੇ ਜਵੈਨ ਪਾਈ ਆ ਮੈਂ ਤੇ ਤੁਸੀਂ ਦੂਜਾ ਪਹਿਲਾਂ ਇਹ ਕਿਉਂਕਿ ਸਰੋਂ ਦਾ ਤੇਲ ਆ ਜੇ ਫਾਈਨਡ ਵਗੈਰਾ ਤਾਂ ਥੋੜਾ ਗਰਮ ਵੀ ਚੱਲ ਜਾਂਦਾ ਪਰ ਇਹ ਜਿਹੜਾ ਸਰੋਂ ਦਾ ਹੁੰਦਾ ਨਾ ਇਹ ਥੋੜਾ ਜਿਹਾ ਜਿਹੜਾ ਪੀਲਾਪਣ ਜਾਂ ਹੁੰਦਾ ਇਹ ਜਦੋਂ ਖਾਤਮੋਜਵੇ ਉਸ ਤੋਂ ਬਾਅਦ ਹੁੰਦਾ ਵੀ ਤੇਲ ਤਿਆਰ ਹੋ ਗਿਆ ਹੁਣ ਆਪਣਾ ਤੇ ਉਸ ਤੋਂ ਬਾਅਦ ਆਪਾਂ ਜੇ ਕੁਝ ਵਿੱਚ ਪਾਉਣਾ ਤਾਂ ਫਿਰ ਪਾ ਸਕਦੇ ਆ ਤੇ ਉਸ ਤੋਂ ਬਾਅਦ ਪਿੰਡੀਆਂ ਆਪਾਂ ਵਿੱਚ ਜਿਹੜੀਆਂ ਫਿਲ ਮਤਲਬ ਭਰੀਆਂ ਹੋਈਆਂ ਸੀਗੀਆਂ ਪਰਵੀਆਂ ਪਿੰਡੀਆਂ ਉਹੋ ਆ ਮੈਂ ਵਿੱਚ ਦੇ ਪਾਤੀਆਂ ਨੇ ਤੇਲ ਦੇ ਵਿੱਚ ਤੇ ਇਹਨਾਂ ਨੂੰ ਆਪਾਂ 5 5 ਕੁ ਮਿੰਟ ਉੱਤੇ ਢੱਕਣ ਦੇ ਕੇ ਰੱਖ ਦੋ ਤੁਸੀਂ ਤੇ 5 ਕੁ ਮਿੰਟ ਬਾਅਦ ਤੁਸੀਂ ਫਿਰ ਉਸ ਤੋਂ ਬਾਅਦ ਆਪਾਂ ਢੱਕਣ ਚੱਕ ਕੇ ਦੇਖਾਂਗੇ ਤੇ ਇਹ ਸੌਫਟ ਹੋਈਆਂ ਹੋਣਗੀਆਂ ਕਾਫੀ 5 ਮਿੰਟ ਚ ਬਣ ਜਾਂਦੀਆਂ ਨੇ ਇਹ ਤੇ ਤੁਸੀਂ ਵੀ ਜਰੂਰ ਟਰਾਈ ਕਰੋ ਇਹ ਚੀਜ਼ ਦੀ ਤੇ ਇਹਦਾ ਟੇਸਟ ਬਹੁਤ ਵਧੀਆ ਆ ਇਹ ਭਿੰਡੀਆਂ ਬਹੁਤ ਹੀ ਸਵਾਦ ਪਾਉਂਦੀਆਂ ਨੇ ਤੇ ਇਹਨੂੰ ਫਿਰ ਆਪਾਂ ਦੇਖ ਲਿਆ ਕਿ ਹੁਣ 5 ਮਿੰਟ ਬਾਅਦ ਢੱਕਣ ਚੱਕ ਲਿਆ ਸੀਗਾ ਮੈਂ ਲਿਡ ਤੇ ਹੁਣ ਇਹਦੇ ਵਿੱਚ ਮੈਂ ਪਿਆਜ਼ ਜਿਹੜਾ ਅਨਿਅਨ ਆ ਉਹ ਐਡ ਕਰਤਾ ਵਾਂ ਤੇ ਇਹਨੂੰ ਆਪਾਂ ਜਿਹੜਾ ਪਿਆਜ਼ ਨੂੰ ਭੁੰਨੋ ਹਣੇ ਨੂੰ ਤੇ ਜੇ ਸੌਫਟ ਹੋ ਜਾਵੇ ਤਾਂ ਸੌਫਟ ਉਸ ਤੋਂ ਬਾਅਦ ਆ ਮੈਂ ਵਿੱਚ ਬਾਅਦ ਵਿੱਚ ਆਪਾਂ ਟਮਾਟਰ ਐਡ ਕਰਨਾ ਇਹਦੇ ਵਿੱਚ ਤੇ ਹਰੀਆਂ ਮਿਰਚਾਂ ਪਾਲੀਆਂ ਪਹਿਲਾਂ ਆਪਾਂ ਹਰੀਆਂ ਮਿਰਚਾਂ ਪਾ ਕੇ ਜਦੋਂ ਇਹ ਆਪਾਂ ਨੂੰ ਲੱਗੇ ਕਿ ਜਿਹੜੇ ਪਿਆਜ਼ ਆ ਮਤਲਬ ਥੋੜੇ ਜਿਹਾ ਪੁੱਜੇ ਜਗੇ ਆ ਇਹਦਾ ਟੇਸਟ ਵਧੀਆ ਹੁੰਦਾ ਹੁੰਦਾ ਪੁੱਜੇ ਹੋਏ ਮਤਲਬ ਪਿਆਜ਼ਾਂ ਦਾ ਫਿਰ ਆਪਾਂ ਵਿੱਚ ਟਮਾਟਰ ਐਡ ਕਰਨਾ ਵਾ ਟਮਾਟਰ ਐਡ ਕਰਨ ਤੋਂ ਬਾਅਦ ਪਹਿਲਾਂ ਮਿਰਚਾਂ ਪਾਲੀਆਂ ਸੀਗੀਆਂ ਤੇ ਹੁਣ ਜਾਨੀ ਕਿ ਟਮਾਟਰ ਐਡ ਕਰ ਲਿਆ ਤੇ 2-3 ਮਿੰਟ ਇਹਨੂੰ ਪਨੋ ਇਦਾਂ ਹੀ ਕਿਉਂਕਿ ਸੌਫਟ ਹੋ ਜਾਣਗੇ ਜਿਵੇਂ ਟਮਾਟਰ ਵਗੈਰਾ ਜੋ ਸੌਫਟ ਹੁੰਦੇ ਆ ਤਾਂ ਫਿਰ ਬਹੁਤ ਵਧੀਆ ਜਿਹ ਟੇਸਟ ਆਉਂਦਾ ਹੈ ਸਬਜੀ ਦੇ ਤੇ ਫਿਰ ਹੁਣ ਤੁਸੀਂ ਜਿਹੜੇ ਲੋਨ ਮਿਰਚ ਮਸਾਲੇ ਪਾਉਣੇ ਆ ਉਹ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਤੇ ਮੈਂ ਵਿੱਚ ਥੋੜੀ ਜੀ ਹਲਦੀ ਪਾਤੀ ਆ ਰੈੱਡ ਚਿੱਲੀ ਪਾਤੀ ਆ ਉਹ ਜਿਹੜੇ ਮਤਲਬ ਭਿੰਡਿਆਂ ਚ ਭਰਿਆ ਸੀਗਾ ਮਸਾਲਾ ਤੇ ਥੋੜਾ ਥੋੜਾ ਇਹਦੇ ਵਿੱਚ ਵੀ ਪਾ ਲਿਆ ਤੇ ਤੁਸੀਂ ਵੀ ਜਿਵੇਂ ਨਮਕ ਟੇਸਟ ਅਨਸਾਰ ਆ ਤੁਸੀਂ ਆਪਦੇ ਹਿਸਾਬ ਨਾਲ ਪਾ ਲਿਓ ਤੇ ਥੋੜਾ ਜਿਹਾ ਵਿੱਚ ਆਮਚੂਰਨ ਪਾ ਲਿਓ ਇਹਦੇ ਵਿੱਚ ਤੇ આમਚੂਰਨ ਦਾ ਟੇਸਟ ਬਹੁਤ ਵਧੀਆ ਆਉਂਦਾ ਇਹਦੇ ਵਿੱਚ ਜਾਂ ਹਿੰਗ ਜਾਂ આમਚੂਰ ਦੋਨਾਂ ਚੋਂ ਇੱਕ ਚੀਜ਼ ਤੁਸੀਂ ਵਿੱਚ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਸਾਰੇ ਇਹਨੂੰ ਕੜਛੀ ਨਾਲ ਹਿਲਾਓ ਇਹਨੂੰ ਤੇ ਮਸਾਲੇ ਵਗੈਰਾ ਹੁਣ ਤੁਸੀਂ ਆਪਣੇ ਟੇਸਟ ਅਨੁਸਾਰ ਪਾਉਣੇ ਆ ਮਤਲਬ ਪਹਿਲਾਂ ਵੀ ਪਾਏ ਹੋਏ ਸੀਗੇ ਤੇ ਹੁਣ ਜੇ ਤੁਹਾਨੂੰ ਲੱਗਿਆ ਤਾਂ ਤੁਸੀਂ ਹੋਰ ਐਡ ਕਰ ਲਓ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਹਿਲਾਓ ਹਿਲਾ ਕੇ ਇਹਨੂੰ ਟੱਕਣ ਦੇ ਕੇ ਰੱਖ ਦੋ ਤੇ ਢੱਕਣ ਦੇ ਕੇ ਅੱਛਾ ਜੇ ਤੁਸੀਂ ਵਿੱਚ ਪੇਸਟ ਜਾਨੀ ਕਿ ਲਸਣ ਅਦਰਕ ਵੀ ਪਾਉਣਾ ਤਾਂ ਪਾ ਸਕਦੇ ਹੋ ਕੋਈ ਨਹੀਂ ਇਦਾਂ ਨਹੀਂ ਹੈਗਾ ਕਿ ਨਹੀਂ ਪਾਉਣਾ ਜੇ ਤੁਹਾਡਾ ਮਤਲਬ ਦਿਲ ਕਰਦਾ ਤੁਸੀਂ ਵਿੱਚ ਤੁਹਾਡੀ ਚੋਇਸ ਆ ਤਾਂ ਤੁਸੀਂ ਵਿੱਚ ਐਡ ਕਰ ਸਕਦੇ ਹੋ ਤੇ ਢੱਕਣ ਦੇ ਕੇ 5 ਮਿੰਟ ਰੱਖ ਲਿਆ ਸੀ ਦੇਖੋ ਬਹੁਤ ਹੀ ਵਧੀਆ ਸੌਫਟ ਤੇ ਸਾਰੀ ਸਬਜੀ ਤਿਆਰ ਹੋ ਗਈ ਹੈ ਤੇ ਟਾਈਮ ਵੀ ਨਹੀਂ ਜ਼ਿਆਦਾ ਲੱਗਾ ਤੇ ਕਿੰਨਾ ਸੋਹਣਾ ਕਲਰ ਲੱਗ ਰਿਹਾ ਤੇ ਬਹੁਤ ਹੀ ਵਧੀਆ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਹੈ ਇਹ ਸਬਜੀ ਲੱਗਦੀ ਤੇ ਜਿਹੜਾ ਹਰਾ ਧਨੀਆ ਕੱਟਿਆ ਹੋਇਆ ਸੀ ਆਪਾਂ ਉੱਤੇ ਉਹ ਪਾ ਲਿਆ ਵਾ ਤੇ ਉੱਤੇ ਪਾ ਕੇ ਹੁਣ ਆਪਣਾ ਸਬਜੀ ਬਿਲਕੁਲ ਰੈਡੀ ਹੈ ਤੁਸੀਂ ਵੀ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਤੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟਸ ਵਿੱਚ ਵੀ ਦੱਸਿਓ ਮੈਨੂੰ ਕਿਵੇਂ ਲੱਗੀ ਸਬਜੀ ਬਹੁਤ ਹੀ ਟੇਸਟੀ ਬਣਦੀ ਹੈ ਜ਼ਰੂਰ ਇੱਕ ਵਾਰੀ ਟਰਾਈ ਕਰਿਓ ਤੇ ਦੱਸਿਓ ਕਮੈਂਟਸ ਵਿੱਚ ਵੀ ਇਹ ਇਹਦਾ ਕੀ ਰਿਜ਼ਲਟ ਆਇਆ ਤੇ ਓਕੇ ਬਾਏ ਥੈਂਕ ਯੂ ਬਾਏ ਬਾਏ